ਇਹ ਕੁਛ ਨਹੀਂ, ਉਧਰੋਂ ਗੱਡੀ ਆ ਰਹੇ ਸੀ ਅਸੀਂ ਜੀ। ਅੱਛਾ ਜੀ। ਉਧਰੋਂ ਪਰਿਓ ਹੈਬੋਲਾ ਬੰਨਿਓ ਤੇ ਅਸੀਂ ਇਹ ਵਿਚਾਲਿਆ ਕਿ ਇੱਧਰੋਂ ਇੱਕ ਟ੍ਰੇਨ ਤੇਜ਼ ਆ ਰਿਹਾ ਸੀਗਾ। ਅੱਛਾ ਜੀ। ਇਹ ਤੋਂ ਰੁਕਿਆ ਨਹੀਂ ਹੈਗਾ, ਰੋਕਣ ਨਾਲ ਉਹਨੇ ਇੱਧਰੋਂ ਕੱਟਤਾ ਅਤੇ ਉੱਥੇ ਆ ਪਲਟਿਆ ਫਿਰ। ਅੱਛਾ, ਆਹਮਣੇ ਸਾਹਮਣੇ ਗੱਡੀ ਟਕਰਾ ਹੋਇਆ? ਹਾਂ, ਇਹ ਲੁਧਿਆਣਾ ਸਾਈਡ ਤੋਂ ਆ ਰਿਹਾ ਸੀਗਾ। ਅੱਛਾ ਜੀ। ਗੱਡੀ ਆਪਣੀ ਉਧਰੋਂ ਸਾਹਿਬਵਾਲ ਤੋਂ ਆ ਰਹੀ ਸੀ। ਅੱਛਾ ਜੀ। ਅਤੇ ਇਹ ਤਾਂ ਚੌਂਕ ਬਣਦਾ ਵਾ, ਮਤਲਬ ਚੌਂਕ ਪਾਰ ਕਰਨ ਲੱਗੇ ਸੀ ਜਾਂ ਕਿੱਦਾਂ? ਚੌਂਕ ਲੁਧਿਆਣੇ ਨੂੰ ਜਾਣਾ ਗੱਡੀ ਸਾਹਮਣੇ ਵਾਲ। ਅੱਛਾ ਜੀ। ਹਾਂ ਜੀ। ਅਤੇ ਤੁਸੀਂ ਚੌਂਕ ਪਾਰ ਕਰ ਰਹੇ ਸੀਗੇ? ਹਾਂ, ਚੌਂਕ ਪਾਰ ਕਰ ਰਹੇ। ਅੱਛਾ ਜੀ, ਮਤਲਬ ਚੌਂਕ ਪਾਰ ਕੀਤਾ ਅਤੇ ਕੰਟੇਨਰ ਵੱਲੋਂ ਬ੍ਰੇਕ ਨਹੀਂ ਲੱਗੀ? ਬ੍ਰੇਕ ਨਹੀਂ। ਅੱਛਾ ਜੀ। ਅਤੇ ਕੀ ਨੁਕਸਾਨ ਕੀ ਹੋਇਆ ਹੁਣ ਤੁਹਾਡਾ? ਨੁਕਸਾਨ ਤਾਂ ਦੇਖ ਲਓ, ਸਾਰਾ ਕੈਬਨ ਕੋਲ ਖਤਮ ਆ ਜੀ। ਅੱਛਾ ਜੀ। ਸੱਟਾਂ ਤੋਂ ਬਚਾਅ ਹੋ ਗਿਆ ਬਸ। ਕਿੰਨੇ ਵਜੇ ਦਾ ਹਾਦਸਾ ਇਹ? ਇਹ 6:30 ਵਜੇ ਦਾ। ਅੱਛਾ ਜੀ। ਕੀ ਗੱਡੀ ਦੇ ਵਿੱਚ ਕੀ ਲੈ ਕੇ ਜਾ ਰਹੇ ਸੀ ਤੁਸੀਂ? ਇਹ 'ਚ ਹੈਗਾ ਜੀ ਪਲਾਈ ਆ ਜੀ। ਪਲਾਈ? ਕਿੱਦਾਂ? ਪਲਾਈ ਬੋਰਡ। ਅੱਛਾ, ਪਲਾਈ ਬੋਰਡ। ਹਾਂ ਜੀ, ਠੀਕ ਹੈ ਜੀ। ਟਰੱਕ ਨੇ ਵਿੱਚ ਮਾਰਿਆ? ਟਰੱਕ ਤਾਂ ਸੜਕ ਪਾਰ ਕਰ ਰਿਹਾ ਸੀ, ਦੱਸਿਆ ਜਾ ਰਿਹਾ। ਨਹੀਂ ਨਹੀਂ, ਟਰੱਕ ਪੁੱਲ ਉੱਤਰ ਰਿਹਾ ਸੀ, ਟਰੱਕ ਨੇ ਉੱਪਰ ਗੱਡੀ ਚਾੜੀ ਆ ਤਾਂ ਵੱਜੀ ਆ। ਅੱਛਾ ਜੀ। ਹਾਂ, ਮਤਲਬ ਤੁਹਾਡਾ ਇਹ ਕਹਿਣਾ ਵਾ ਵੀ ਟਰੱਕ ਤੁਹਾਡੇ ਵਿੱਚ ਵੱਜਿਆ? ਹਾਂ, ਟਰੱਕ ਬਿਲਕੁਲ ਸਿੱਧਾ ਰੋਡ 'ਤੇ ਉੱਤਰ ਰਹੀ ਸੀ ਗੱਡੀ ਥੱਲੇ। ਅੱਛਾ ਜੀ। ਗੱਡੀ ਰੋਡ 'ਤੇ ਉੱਤਰ ਰਹੀ ਸੀਗੀ? ਬਿਲਕੁਲ ਬਿਲਕੁਲ। ਅਤੇ ਟਰੱਕ ਦੇ ਵਿੱਚ ਵੱਜ ਗਿਆ? ਟਰੱਕ ਨੇ ਵਿੱਚ ਮਾਰਿਆ। ਡਰਾਈਵਰ ਕੋਈ ਗੱਲ ਨਹੀਂ, ਸੀਗਾ ਉਹ ਮੇਰੇ ਵਿੱਚ ਵੱਜਾ, ਖਰਾਬ ਹੋਇਆ ਵਾ। ਗੱਡੀ ਇੱਥੇ ਗਲਤੀ ਹੈ, ਸਾਡੀ ਕਿਤੇ ਉੱਪਰੋਂ ਆ ਰਹੀ ਸੀ, ਉਹਨੇ ਵਿੱਚ ਇਹਨੇ ਬਚਾਇਆ, ਕਿਉਂਕਿ ਇੱਕ ਸਾਈਡ ਜਿਹੜੀ ਟਰੱਕ ਦੀ ਇੱਕ ਸਾਈਡ ਭੱਜੀ ਆ ਤੇ ਉਹ ਖਰਾਬ ਹੋ ਚੁੱਕੀ ਆ ਸਾਰੀ ਜਿਹੜੀ ਬੋਡੀ। ਸਾਡਾ ਵੀ ਨੁਕਸਾਨ ਹੈ, ਦੇਖੋ ਕੀ ਹਾਲ ਹੋਇਆ ਪਿਆ ਸਰ। 1 ਕਰੋੜ ਰੁਪਏ ਦਾ ਮਾਲ ਹੈ ਵਿੱਚ, 1 ਕਰੋੜ ਦਾ ਮਾਲ ਡੈਮੇਜ ਹੋ ਗਿਆ ਸਾਡਾ। ਕੰਟੇਨਰ ਮਾਲ ਸੀਗਾ ਜੀ ਇਹਦੇ? ਕੰਟੇਨਰ ਚ ਫੈਬਰਿਕ ਹੈ, ਚ ਫੈਬਰਿਕ ਹੈ ਜੀ। ਹਾਂਜੀ, 1 ਕਰੋੜ ਰੁਪਏ ਦਾ ਮਾਲ ਡੈਮੇਜ ਹੋ ਗਿਆ। ਕਿੱਥੋਂ ਲੈ ਕੇ ਆਇਆ ਜਾ ਰਿਹਾ ਸੀ ਮਾਲ? ਹਾਂਜੀ, ਮਾਲ ਕਿੱਥੋਂ ਲੈ ਕੇ ਜਾ? ਬਾਹਰ ਇੰਪੋਰਟ ਆ ਰਿਹਾ, ਕੰਟੇਨਰ ਡਿਪੋ ਤੋਂ ਆ। ਇਹ ਕੋਈ ਤਕਰੀਬਨ 7 ਕਿਲੋ 7 ਰੁਪਏ ਦਾ ਪਤਾ ਲੱਗਾ ਵੀ ਇਹਦੇ ਐਕਸੀਡੈਂਟ ਹੋ ਗਿਆ, ਅਸੀਂ ਤੁਰੰਤ ਆਏ ਹਾਂ। ਇਹ 'ਚ ਆਉਣ ਤੋਂ ਬਾਅਦ ਕੀ ਇੱਥੋਂ ਹੈਡਰਾ ਵਗੈਰਾ ਮੰਗਾਇਆ ਵਾ, ਹੈਲਪ ਲਿੱਤੀ ਆ, ਟੂਲ ਪਲਾਜ਼ਾ ਵਾਲਿਆਂ ਦੀ ਵੀ ਹੈਲਪ ਲਿੱਤੀ ਆ, ਪਰ ਉਹਨਾਂ ਦੇ ਹੈਡਰਾ ਛੋਟੇ ਹੋਣ ਕਰਕੇ ਵੀ ਜਿਹੜਾ ਅਸੀਂ ਉਹ ਨਹੀਂ ਕੰਮ ਕੀਤਾ ਸੀ, ਇੱਦਾਂ ਪ੍ਰੋਵਾਈਡ ਕਰਾਇਆ ਉਹਨਾਂ ਨੂੰ ਬੰਦਿਆਂ ਨੂੰ ਜਿਹਨਾਂ ਦੀਆਂ ਗੱਡੀਆਂ ਸੀ, ਉਹਨਾਂ ਕੋਲ ਮਿੰਟੋ ਮਿੰਟ ਹੀ ਜਾ ਕੇ ਹੈਡਰਾ ਲੈ ਕੇ ਅਸੀਂ ਉਹ ਕਲੀਅਰ ਕਰਾ ਤਾ। ਪਰ ਟਰੈਫਿਕ ਨੂੰ ਥੋੜ੍ਹੀ ਜਿਹੀ ਸਮੱਸਿਆ ਆ ਰਹੀ ਆ ਵੀ ਲੋਕ ਜਿਹੜੇ ਆ ਵੀ ਰੋਂਗ ਸਾਈਡ ਲੈ ਕੇ ਆ ਰਹੇ ਨੇ। ਅਸੀਂ ਇਹਨਾਂ ਨੂੰ ਕਹਿੰਦੇ ਵੀ ਲੋਕ ਵੀ ਸਾਡੇ ਨਾਲ ਸਹਿਯੋਗ ਦੇਣ ਪਲੀਜ਼, ਅਸੀਂ ਵੀ ਅਸੀਂ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਟਰੈਫਿਕ ਅਸੀਂ ਸਮੂਥ ਲਗਾ ਸਕਦੇ ਹਾਂ। ਇਹ ਕੁਛ ਨਹੀਂ, ਉਧਰੋਂ ਗੱਡੀ ਆ ਰਹੀ ਸੀ ਅਸੀਂ ਜੀ। ਅੱਛਾ ਜੀ। ਉਧਰੋਂ ਪਰਿਓ ਹੈਬੋਲਾ ਬੰਨਿਓ ਤੇ ਅਸੀਂ ਇਹ ਵਿਚਾਲਿਆ ਕਿ ਇੱਧਰੋਂ ਇੱਕ ਟ੍ਰੇਨ ਤੇਜ਼ ਆ ਰਿਹਾ ਸੀਗਾ। ਅੱਛਾ ਜੀ। ਇਹ ਤੋਂ ਰੁਕਿਆ ਨਹੀਂ ਹੈਗਾ, ਰੋਕਣ ਨਾਲ ਉਹਨੇ ਇੱਧਰੋਂ ਕੱਟਤਾ ਅਤੇ ਉੱਥੇ ਆ ਪਲਟਿਆ ਫਿਰ। ਅੱਛਾ, ਆਹਮਣੇ ਸਾਹਮਣੇ ਗੱਡੀ ਟਕਰਾ ਹੋਇਆ? ਹਾਂ, ਇਹ ਲੁਧਿਆਣਾ ਸਾਈਡ ਤੋਂ ਆ ਰਿਹਾ ਸੀਗਾ। ਅੱਛਾ ਜੀ। ਗੱਡੀ ਆਪਣੀ ਉਧਰੋਂ ਸਾਹਿਬਵਾਲ ਤੋਂ ਆ ਰਹੀ ਸੀ। ਅੱਛਾ ਜੀ। ਅਤੇ ਇਹ ਤਾਂ ਚੌਂਕ ਬਣਦਾ ਵਾ, ਮਤਲਬ ਚੌਂਕ ਪਾਰ ਕਰਨ ਲੱਗੇ ਸੀ ਜਾਂ ਕਿੱਦਾਂ? ਚੌਂਕ ਲੁਧਿਆਣੇ ਨੂੰ ਜਾਣਾ ਗੱਡੀ ਸਾਹਮਣੇ ਵਾਲ। ਅੱਛਾ ਜੀ। ਹਾਂ ਜੀ। ਅਤੇ ਤੁਸੀਂ ਚੌਂਕ ਪਾਰ ਕਰ ਰਹੇ ਸੀਗੇ? ਹਾਂ, ਚੌਂਕ ਪਾਰ ਕਰ ਰਹੇ। ਅੱਛਾ ਜੀ, ਮਤਲਬ ਚੌਂਕ ਪਾਰ ਕੀਤਾ ਅਤੇ ਕੰਟੇਨਰ ਵੱਲੋਂ ਬ੍ਰੇਕ ਨਹੀਂ ਲੱਗੀ? ਬ੍ਰੇਕ ਨਹੀਂ। ਅੱਛਾ ਜੀ। ਅਤੇ ਕੀ ਨੁਕਸਾਨ ਕੀ ਹੋਇਆ ਹੁਣ ਤੁਹਾਡਾ? ਨੁਕਸਾਨ ਤਾਂ ਦੇਖ ਲਓ, ਸਾਰਾ ਕੈਬਨ ਕੋਲ ਖਤਮ ਆ ਜੀ। ਅੱਛਾ ਜੀ। ਸੱਟਾਂ ਤੋਂ ਬਚਾਅ ਹੋ ਗਿਆ ਬਸ। ਕਿੰਨੇ ਵਜੇ ਦਾ ਹਾਦਸਾ ਇਹ? ਇਹ 6:30 ਵਜੇ ਦਾ। ਅੱਛਾ ਜੀ। ਕੀ ਗੱਡੀ ਦੇ ਵਿੱਚ ਕੀ ਲੈ ਕੇ ਜਾ ਰਹੇ ਸੀ ਤੁਸੀਂ? ਇਹ 'ਚ ਹੈਗਾ ਜੀ ਪਲਾਈ ਆ ਜੀ। ਪਲਾਈ? ਕਿੱਦਾਂ? ਪਲਾਈ ਬੋਰਡ। ਅੱਛਾ, ਪਲਾਈ ਬੋਰਡ। ਹਾਂ ਜੀ, ਠੀਕ ਹੈ ਜੀ। ਟਰੱਕ ਨੇ ਵਿੱਚ ਮਾਰਿਆ? ਟਰੱਕ ਤਾਂ ਸੜਕ ਪਾਰ ਕਰ ਰਹੇ ਸੀ, ਦੱਸਿਆ ਜਾ ਰਿਹਾ? ਨਹੀਂ ਨਹੀਂ, ਟਰੱਕ ਪੁੱਲ ਉੱਤਰ ਰਿਹਾ ਸੀ, ਟਰੱਕ ਨੇ ਉੱਪਰ ਗੱਡੀ ਚਾੜੀ ਆ ਤਾਂ ਵੱਜੀ ਆ। ਅੱਛਾ ਜੀ। ਹਾਂ, ਮਤਲਬ ਤੁਹਾਡਾ ਇਹ ਕਹਿਣਾ ਵਾ ਵੀ ਟਰੱਕ ਤੁਹਾਡੇ ਵਿੱਚ ਵੱਜਿਆ? ਹਾਂ, ਟਰੱਕ ਬਿਲਕੁਲ ਸਿੱਧਾ ਰੋਡ 'ਤੇ ਉੱਤਰ ਰਹੀ ਸੀ ਗੱਡੀ ਥੱਲੇ। ਅੱਛਾ ਜੀ। ਗੱਡੀ ਰੋਡ 'ਤੇ ਉੱਤਰ ਰਹੀ ਸੀਗੀ? ਬਿਲਕੁਲ ਬਿਲਕੁਲ। ਅਤੇ ਟਰੱਕ ਦੇ ਵਿੱਚ ਵੱਜ ਗਿਆ? ਟਰੱਕ ਨੇ ਵਿੱਚ ਮਾਰਿਆ।
ਗੱਡੀ ਇੱਥੇ ਖਲੋਤੀ ਹੈ ਸਾਡੀ ਗੱਡੀ ਉੱਪਰੋਂ ਆ ਰਹੀ ਸੀ ਉਹਨੇ ਵਿੱਚ ਇਹਨੇ ਬਚਾਇਆ ਹੈ ਕਿਉਂਕਿ ਇੱਕ ਸਾਈਡ ਜਿਹੜੀ ਟਰੱਕ ਦੀ ਇੱਕ ਸਾਈਡ ਭੱਜੀ ਹੈ ਤੇ ਉਹ ਖਰਾਬ ਹੋ ਚੁੱਕੀ ਹੈ ਸਾਰੀ ਜਿਹੜੀ ਬੋਡੀ ਸਾਡਾ ਵੀ ਨੁਕਸਾਨ ਹੈ ਦੇਖੋ ਕੀ ਹਾਲ ਹੋਇਆ ਪਿਆ ਸਰ 1 ਕਰੋੜ ਰੁਪਏ ਦਾ ਮਾਲ ਹੈ ਵਿੱਚ 1 ਕਰੋੜ ਮਾਲ ਡੈਮੇਜ ਹੋ ਗਿਆ ਸਾਡਾ ਕੰਟੇਨਰ ਕੀ ਮਾਲ ਸੀਗਾ ਜੀ ਇਹਦੇ ਕੰਟੇਨਰ ਚ ਫੈਬਰਿਕ ਹੈ ਚ ਹਾਂਜੀ 1 ਕਰੋੜ ਰੁਪਏ ਦਾ ਮਾਲ ਡੈਮੇਜ ਹੋ ਗਿਆ ਕਿੱਥੋਂ ਲੈ ਕੇ ਆਇਆ ਯਾਰ ਅਸੀਂ ਮਾਲ ਹਾਂਜੀ ਮਾਲ ਕਿੱਥੋਂ ਲੈ ਕੇ ਜਾ ਬਾਹਰ ਇੰਪੋਰਟ ਆ ਰਿਹਾ ਕੰਟੇਨਰ ਡਿਪੂ ਤੋਂ ਆਇਆ ਇਹ ਕੋਈ ਤਕਰੀਬਨ 7-7 ਵਜੇ ਤੋਂ ਪਤਾ ਲੱਗਾ ਵੀ ਇਹਦੇ ਐਕਸੀਡੈਂਟ ਹੋ ਗਿਆ ਅਸੀਂ ਤੁਰੰਤ ਆਏ ਆ ਇਹ ਚ ਆਉਣ ਤੋਂ ਬਾਅਦ ਕਿ ਇੱਥੋਂ ਹੈਡਰਾ ਵਗੈਰਾ ਮੰਗਾਇਆ ਵਾ ਹੈਲਪ ਲਿੱਤੀ ਆ ਟੂਲ ਪਲਾਜ਼ਾ ਵਾਲਿਆਂ ਦੀ ਵੀ ਹੈਲਪ ਲਿੱਤੀ ਆ ਪਰ ਉਹਨਾਂ ਦੇ ਹੈਡਰਾ ਛੋਟੇ ਹੋਣ ਕਰਕੇ ਵੀ ਜਿਹੜਾ ਅਸੀਂ ਉਹ ਨਹੀਂ ਕੰਮ ਕੀਤਾ ਸੀ ਇੱਦਾਂ ਪ੍ਰੋਵਾਈਡ ਕਰਾਇਆ ਉਹਨਾਂ ਨੂੰ ਬੰਦਿਆਂ ਨੂੰ ਜਿਹਨਾਂ ਦੀਆਂ ਗੱਡੀਆਂ ਸੀ ਉਹਨਾਂ ਕੋਲ ਮਿੰਟੋ ਮਿੰਟ ਜਾ ਕੇ ਹੈਡਰਾ ਲੈ ਕੇ ਅਸੀਂ ਉਹ ਕਲੀਅਰ ਕਰਾ ਤਾ ਪਰ ਟਰੈਫਿਕ ਨੂੰ ਥੋੜ੍ਹੀ ਜਿਹੀ ਸਮੱਸਿਆ ਆ ਰਹੀ ਆ ਵੀ ਲੋਕ ਜਿਹੜੇ ਆ ਵੀ ਰੋਂਗ ਸਾਈਡ ਲੈ ਕੇ ਆ ਰਹੇ ਨੇ ਅਸੀਂ ਇਹਨਾਂ ਨੂੰ ਕਹਿੰਦੇ ਵੀ ਲੋਕ ਵੀ ਸਾਡੇ ਨਾਲ ਸਹਿਯੋਗ ਦੇਣ ਪਲੀਜ਼ ਅਸੀਂ ਵੀ ਅਸੀਂ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਟਰੈਫਿਕ ਅਸੀਂ ਸਮੂਥ ਲਗਾ ਸਕਦੇ ਹਾਂ।